ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਅੱਜ ਆਪਾਂ ਚੱਲੇ ਹਾਂ ਸ਼ੀਸ਼ਗੰਜ ਸਾਹਿਬ ਅਤੇ ਉਹ ਤੋਂ ਬਾਅਦ ਫਤਿਹਨਗਰ ਸਾਹਿਬ। ਉਹ ਤੋਂ ਪਹਿਲਾਂ ਆਪਾਂ ਜਿਹੜਾ ਦੁਕਾਨ 'ਤੇ ਕਾਹਤੋਂ ਜਾਣ ਡੇ ਹਾਂ ਤੁਹਾਨੂੰ ਦੱਸ ਦਾਂਗੇ ਆਪਾਂ ਰਸਤੇ 'ਚ, ਠੀਕ ਹੈ। ਹੁਣੇ ਆਪਾਂ ਚੱਲਦੇ ਹਾਂ ਅਤੇ ਪਹਿਲਾਂ ਮੈਂ ਜਾ ਰਿਹਾ ਪਾਪਾ ਨਾਲ ਦੁਕਾਨ 'ਤੇ ਕੁਝ ਗੱਲ ਕਰਾਂ, ਠੀਕ ਆ। ਉਹ ਤੋਂ ਬਾਅਦ ਮਿਲਦੇ ਹਾਂ। ਚਲੋ, ਚੱਪਲ ਕਿੱਥੇ ਆ ਮੇਰੀ? ਮੈਟਰੋ ਫੜਦੇ ਹਾਂ ਹੁਣ, ਮੈਟਰੋ ਫੜ ਕੇ ਚੱਲਦੇ ਹਾਂ ਪਹਿਲਾਂ ਸ਼ੀਸ਼ਗੰਜ ਸਾਹਿਬ, ਉੱਥੇ ਮੱਥਾ ਟੇਕਦੇ ਹਾਂ, ਥੋੜ੍ਹੀ ਸ਼ੋਪਿੰਗ ਕਰਦੇ ਹਾਂ, ਫਿਰ ਮੈਂ ਇਕੱਲੇ ਜਾਣਾ ਫਤਿਹਗੜ੍ਹ, ਫਤਿਹਨਗਰ, ਸੋਰੀ, ਮੈਂ ਹਮੇਸ਼ਾ ਫਤਿਹਗੜ੍ਹ ਸਾਹਿਬ ਕਹਿੰਦਾ ਉਹਨੂੰ, ਫਤਿਹਨਗਰ ਚੱਲਦਾ ਇਕੱਲੇ। ਚਲੋ, ਅਤੇ ਮੈਂ ਪਾਗਲ ਵਾਂਗ ਬਣ ਕੇ ਆਇਆ। ਬਾਕੀ ਕਿੱਥੇ ਨੇ ਸਾਡੇ? ਉਹ ਪਿੱਛੇ ਹੀ ਨਹੀਂ ਮਿਲਦਾ, ਹਾਂ ਉਹੀ ਫੇਕ। ਅਤੇ ਹੁਣ ਆਪਾਂ ਕਸ਼ਮੀਰੀ ਗੇਟ ਆ, ਚੱਲਦੇ ਹਾਂ ਬਾਹਰ, ਕਸ਼ਮੀਰੀ ਗੇਟ ਦੇ ਆਊਟ ਹੁੰਦੇ ਆ, ਫਿਰ ਜਾ ਕੇ ਪਹੁੰਚਦੇ ਹਾਂ ਕਿਸੇ ਥਾਂ 'ਤੇ, ਮੱਥਾ ਟੇਕਦੇ ਹਾਂ, ਅਤੇ ਦੇਖਦੇ ਕੀ ਬਣਦਾ ਸਾਡਾ। ਮੰਮੀ ਜਾਣ ਬੁੱਝ ਕਰ ਰਹੀ ਨੇ ਆਵਾਜ਼। ਅਤੇ ਹੁਣ ਆਪਾਂ ਆ ਗਏ ਹਾਂ ਮੈਟਰੋ ਤੋਂ ਬਾਹਰ, ਹੁਣ ਚੱਲਦੇ ਹਾਂ ਪਹਿਲਾਂ ਮੱਥਾ ਟੇਕਣ, ਚੱਲਦੇ ਹਾਂ ਮਾਰਕੀਟ, ਪਹਿਲਾਂ ਚੱਲਦੇ ਹਾਂ ਮੱਥਾ ਟੇਕਣ, ਫਿਰ ਚੱਲਦੇ ਹਾਂ ਮਾਰਕੀਟ 'ਚ, ਉਹ ਤੋਂ ਬਾਅਦ ਵੇਖਦੇ ਹਾਂ ਕਿੱਧਰ ਕਿੰਨੇ ਜਾਣਾ। ਪਾਪਾ ਵਾਪਸ ਜਾਣੇ, ਪਾਪਾ ਨੇ, ਮੈਂ ਜਾਣਾ ਤਿਲਕ ਨਗਰ, ਮੰਮੀ ਨੇ ਜਾਣਾ ਸ਼ੋਪਿੰਗ 'ਚ, ਅਤੇ ਮੈਂ ਥੋੜ੍ਹੀ ਸ਼ੋਪਿੰਗ ਕਰਵਾਂਗਾ ਮੰਮੀ ਨਾਲ, ਫਿਰ ਜਾਵਾਂਗਾ ਮੈਂ ਵੀ ਤਿਲਕ ਨਗਰ, ਠੀਕ ਆ। ਹੁਣ ਵੇਖੋ ਸਾਰੇ ਆ ਪਿੱਛੇ ਨੇ, ਪਾਪਾ ਇੱਥੇ ਆ, ਅਤੇ ਬਾਹਰ ਇੰਨੀ ਖਰਚ ਮਚਾਈ ਹੋਈ ਹੈ ਨਾ ਮੈਟਰੋ 'ਚ, ਇੰਨੀ ਖਰਚ ਆ। ਦੇਖ ਲਿਆ ਆਪਾਂ, ਠੀਕ ਆ। ਆਪਾਂ ਮੇਰੇ ਪਾਪਾ ਜੀ ਦੇ ਜੁੱਤੇ ਪਸੰਦ ਕਰਾਉਣ ਡੇ ਜੀ, ਅਤੇ ਇੱਥੇ ਚੱਲ ਰਿਹਾ ਫੋਟੋ ਸ਼ੂਟ, ਇੱਥੇ ਚੱਲ ਰਿਹਾ ਫੋਟੋ ਸ਼ੂਟ, ਠੀਕ ਆ। ਅਤੇ ਹੁਣ ਮੈਂ ਜਾਣਾ ਪਹਿਲਾਂ ਤਿਲਕਨਗਰ ਦੀ ਪਾਸੇ ਜਾਣਾ ਮੈਂ, ਅਤੇ ਪਹਿਲਾਂ ਆਪਾਂ ਜੁੱਤੇ ਪਸੰਦ ਕਰ ਲਏ ਪਾਪਾ ਦੇ, ਘੁੰਮੀਏ ਕੁਝ ਖਾਈਏ, ਫਿਰ ਚੱਲਦੇ ਆ ਉੱਧਰ। ਹੁਣ ਆਪਾਂ ਚੱਲੇ ਹਾਂ ਵਾਪਸ, ਠੀਕ ਆ। ਪਾਪਾ ਨੇ ਜਾਣਾ ਵਾਪਸ, ਅਤੇ ਮੈਂ ਜਾਣਾ ਜਨਕਪੁਰੀ ਈਸਟ ਤਿਲਕਨਗਰ ਦੇ ਪਾਸੇ, ਮਤਲਬ ਉੱਥੇ ਮੈਨੂੰ ਸਿੱਧਕ ਮਿਲੂਗਾ ਜਿਹਦੇ ਨਾਲ ਮੈਂ ਗਿਆ ਸੀ ਪੰਜਾਬ, ਉਹ ਫਿਰ ਆਪਾਂ ਜਾਵਾਂਗੇ ਜਿੱਥੇ ਵੀ ਜਾਣਾ, ਠੀਕ ਆ। ਚਲੋ, ਆਪਣੇ ਮੇਰੇ ਨਾਲ ਸੀਨ ਹੋ ਗਿਆ ਸੀ, ਕੀ ਹੋਇਆ, ਮੈਂ ਟਿਕਟ ਪਵਾਈ ਆ, ਮਤਲਬ ਟਿਕਟ ਉਹ ਆਪਣੇ ਕਾਰਡ 'ਚ ਪੈਸੇ ਪਵਾਏ ਸੀਗੇ 200 ਰੁਪਏ, ਹੁਣ ਉਹ ਵਾਲਾ ਦਿਖਾਈ ਨਹੀਂ ਰਿਹਾ, ਮੈਨੂੰ ਲੱਗਦਾ ਮੇਰੇ ਫੋਨ 'ਚ ਨਾ ਨੈੱਟ ਦੀ ਪ੍ਰੋਬਲਮ ਆਉਣ ਡਈ ਆ, ਤਾਂ ਕਰਕੇ ਉਹਨੇ ਦਿਖਾਈ ਨਹੀਂ ਮੇਰੇ ਪੈਸੇ, ਹੁਣ ਮੈਂ ਵਾਪਸ ਕੈਸ਼ ਦੇ ਨਾਲ ਪਵਾਏ ਆ। ਚਲੋ, ਕੋਈ ਨਹੀਂ, ਵੇਖਦੇ ਹੁਣ ਕੀ ਬਣਦਾ, ਜੇ ਆਪਾਂ ਜਾਣਾ ਕਿਸੇ ਪਾਸੇ ਆ ਰਹੀ ਆੜੀ ਆ ਸਾਡੀ। ਹੁਣ ਪਹਿਲਾਂ ਜਾਣਾ ਸੀਗਾ ਆਪੋ ਫਤਿਹਗੜ੍ਹ ਸਾਹਿਬ, ਫਿਰ ਕਿਸੇ ਹੋਰ ਥਾਂ 'ਤੇ ਰਹਿ ਪੈ ਗਿਆ, ਆ ਰਹੇ ਸਾਡੇ ਸਿੰਘ ਸਾਹਿਬ ਨਾਲ, ਬਾਈ ਜੀ ਕਿੱਦਾਂ ਇੱਧਰ? ਅਤੇ ਹੁਣ ਆਪਾਂ ਹੈਗੇ ਹਾਂ ਆ ਬਾਦਰਗੜ੍ਹ ਦੀ ਪਾਸੇ ਜਾ ਰਹੇ ਹਾਂ, ਆ ਖੜੀ ਸਾਡੀ ਬਾਈਕ, ਬਾਈਕ ਕਹਿਣ ਡਿਆ ਸਕੂਟੀ, ਅਤੇ ਬਸ ਚੱਲੇ ਹਾਂ, 2 ਮਿੰਟ ਲਈ ਰੁਕੇ ਸੀਗੇ, ਹੁਣ ਤਾਂ ਜੇ ਚੱਲੀਏ ਬਾਈ ਫੇਰ। ਚਲੋ, ਆਹ ਵੇਖੋ ਕਿਹੜੀ ਥਾਂ ਸੀ, ਪਿੰਡ ਕੈਲੀਫੋਰਨੀਆ ਟਿੱਕਰੀ ਬਾਰਡਰ ਕਿਸਾਨੀ ਧਰਨੇ ਵਾਲੀ, ਹਾਂ ਉੱਥੇ ਆਏ ਹਾਂ ਆਪਾਂ ਵਾਪਸ ਯਾਦਾਂ ਤਾਜ਼ਾ ਕਰਨ ਆਪਣੀ ਆਪਣੀ, ਅਤੇ ਹੁਣ ਚੱਲੀਏ ਬਾਈ, ਚਲੋ 10 ਮਿੰਟ ਚੱਲੀਏ, ਹੋ ਗਏ ਯਾਦਾਂ ਤਾਜ਼ਾ ਇਹਨਾਂ ਦੀਆਂ, ਅਤੇ ਇੱਧਰ ਸੀਗੇ ਆਪਾਂ, ਇੱਧਰ ਸੀਗਾ ਉਸ ਪਾਸੇ ਸੀਗਾ, ਪਹਿਲਾਂ ਆਪਾਂ ਵਾਸ਼ਰੂਮ ਹੀ ਹੋ ਕੇ ਆਈਏ ਨਾ, ਦਿਖਾਉਂਦੇ ਆ ਕੀ ਸੀਗਾ। ਆਹ ਦੇਖੋ ਇੱਧਰ,
ਹੁਣ ਤਾਂ ਸਟਾਫ ਵਾਲਾ ਹੋ ਗਿਆ ਸਾਰਾ। ਆਪਾਂ ਵਾਪਸ ਚੱਲਦੇ ਹਾਂ ਥੋੜੇ ਟਾਈਮ 'ਚ, ਉਹ ਆ ਗਿਆ। ਚੱਲਦੇ ਹਾਂ ਫਿਰ ਬਾਅਦ 'ਚ ਉੱਧਰ ਜਾ ਕੇ ਗੱਲ ਕਰਦੇ ਹਾਂ, ਸਿੱਧਾ ਦਿੱਲੀ ਲੱਗਦੇ ਹਾਂ ਅਤੇ ਚੱਲਦੇ ਹਾਂ ਫਿਰ। ਠੀਕ ਆ, ਛੱਕੀਏ ਚਾਹ 'ਚ ਛੱਕੀਏ ਆਪਾਂ, ਚੱਲੀ ਭਾਈ ਛੱਕੀਏ। ਬੰਦਾ ਜਾਮ ਲੱਗਿਆ ਹੋਇਆ ਜੀ, ਫਿਲਹਾਲ 10 ਮਿੰਟ ਆਏ ਹਾਂ। ਟਾਈਮ ਹੋ ਰਿਹਾ ਜੀ 6:10। ਠੀਕ ਆ, ਅਤੇ ਹੁਣ ਆਪਾਂ ਬਸ ਪਹੁੰਚਣ ਵਾਲੇ ਹਾਂ, 15 ਮਿੰਟ 'ਚ ਪਹੁੰਚਾਂਗੇ ਫਤਿਹਗੜ ਫਤਿਹਨਗਰ ਨਾ ਆਪਣੇ ਫਤਿਹਨਗਰ ਪਹੁੰਚਾਂਗੇ। ਫਿਰ ਉੱਥੇ ਪਹੁੰਚ ਕੇ ਪਹਿਲਾਂ ਪੁੱਛਦੇ ਆਪਾਂ ਸਮਾਨ ਵਾਸਤੇ, ਅਤੇ ਮੈਨੂੰ ਪਿੱਠਲੀ ਵੀ ਲੈਣਾ ਸੀਗਾ। ਅਤੇ ਹੁਣ ਆਪਾਂ ਆ ਗਏ ਹਾਂ ਫਤਿਹਨਗਰ ਸਾਹਿਬ, ਅਤੇ ਹੁਣ ਚੱਲਦੇ ਹਾਂ, ਸਮਾਨ ਚੱਕਦੇ ਹਾਂ, ਉਹ ਤੋਂ ਬਾਅਦ ਦੇਖਦੇ ਹਾਂ। ਸਾਨੂੰ ਲੇਟ ਹੋ ਗਿਆ, ਬਾਹਲਾ ਜਾਮ ਲੱਗਿਆ ਹੋਇਆ ਜੀ, ਗੱਬੀ ਰਗੜੀ ਮੂਡ 'ਤੇ ਜਾਮ ਸੀਗਾ ਸਾਰਾ। ਚਲੋ ਹੁਣ ਚੱਲਦੇ ਹਾਂ, ਚੱਕ ਲਏ ਆ ਨਿਸ਼ਾਨ ਸਾਹਿਬ ਚੱਕਿਆ, ਅਤੇ ਇੱਕ ਸਸਤਰ ਲਿਆ ਜੇ, ਅਤੇ ਆਪਾਂ ਨਗਾੜਾ ਵੀ ਲੈਣਾ, ਅਤੇ ਉਹਦੀ ਮੈਂ ਗੱਲ ਕਰ ਲਈ ਆ। ਪ੍ਰਾਈਜ਼ ਪੁੱਛਣਾ ਹੈ ਬਸ ਉਹਨਾਂ ਤੋਂ, ਕਿੰਨਾ ਪ੍ਰਾਈਜ਼ ਆ ਨਗਾੜੇ ਦਾ, ਉਹ ਤੋਂ ਬਾਅਦ ਆਪਾਂ ਨਗਾੜੇ ਦਾ ਔਡਰ ਦੇ ਕੇ ਸਿੱਧਾ ਆ ਕੇ ਨਗਾੜਾ ਚੁੱਕਣਾ ਆ। ਅਤੇ ਹੋ ਗਿਆ ਸਾਰੀ ਗੱਲ, ਸਾਰੇ ਸ਼ਸਤਰਾਂ ਦੀ ਗੱਲ ਹੋ ਗਈ ਆ, ਜਿਹਦੇ ਵੀ ਨਏ ਲੈਣੇ ਆ ਉਹ ਵੀ ਆ ਕੇ ਲੈ ਲਾਂਗੇ ਆਪਾਂ। ਠੀਕ ਆ, ਹੁਣ ਚੱਲਦੇ ਹਾਂ ਸਿੱਧਾ ਜਾ ਕੇ ਤੁਹਾਡੇ ਨਾਲ ਘਰੇ ਜਾ ਕੇ ਗੱਲ ਕਰਦੇ ਹਾਂ, ਉਦੋਂ ਹੀ ਆਪਾਂ ਲੇਟ ਹੋ ਗਏ ਹਾਂ। ਮੈਟਰੋ 'ਚ ਆਉਣ, ਮੈਟਰੋ 'ਚੋਂ ਬਾਹਰ ਆ ਰਹੇ ਆ, ਸਾਡੀ ਜਿਹੜੀ ਮੇਰੀ ਸਾਡੀ ਮੈਟਰੋ ਆ, ਚੱਲ ਜਾ ਗੁਰਦੁਆਰੇ, ਉੱਥੋਂ ਨਿਸ਼ਾਨ ਸਾਹਿਬ ਲਾਉਂਦੇ ਹਾਂ, ਫਿਰ ਦਿਖਾਉਂਦੇ ਹਾਂ ਕਿੱਦਾਂ ਕਿਹੜਾ ਲਿਆ ਜੀ, ਕਿੱਦਾਂ ਲੱਗਣ ਡਿਆ ਜੀ। ਦੁਕਾਨ 'ਚ ਤਾਂ ਮੈਂ ਵੀਡੀਓ ਬਣਾਈ ਨਹੀਂ, ਠੀਕ ਆ, ਮੈਨੂੰ ਪਤਾ ਨਹੀਂ ਸੀ ਉੱਥੇ ਅਲਾਊਡ ਨਹੀਂ ਅਲਾਊਡ, ਮੈਂ ਪੁੱਛਣਾ ਵੀ ਭੁੱਲ ਗਿਆ। ਚੱਲਦੇ ਹਾਂ ਗੁਰਦੁਆਰੇ, ਉੱਥੇ ਹੁੰਦੇ ਹਾਂ, ਅਤੇ ਪਤਾ ਨਹੀਂ ਮੈਂ ਰੁਕ ਰੁਕ ਕੇ ਕਾਹਤੋਂ ਗੱਲਾਂ ਕਰਨ ਡਿਆ ਜੀ, ਪਰ ਠੀਕ ਆ ਜਿਹੜੀ ਵੀ ਹੈ। ਚਲੋ ਆ ਗਿਆ ਸਾਡਾ ਵਾਲਾ ਗੁਰਦੁਆਰਾ, ਨਿਸ਼ਾਨ ਸਾਹਿਬ। ਹੁਣ ਇਹਨੂੰ ਪਾਵਾਂਗੇ ਆਪਣਾ ਬਰਸ਼ੇ 'ਚ ਪਾਉਂਦੇ ਹਾਂ, ਅਤੇ ਵੇਖਦੇ ਹਾਂ ਕਿੱਦਾਂ ਆ। ਸ਼ੇਪ 'ਤੇ ਨਿਸ਼ਾਨ ਸਾਹਿਬ ਆ, ਤੁਹਾਨੂੰ ਖੋਲ ਕੇ ਦਿਖਾਉਂਦਾ ਹੈ ਮੈਂ, ਠੀਕ ਆ। ਆਲਾ ਨਿਸ਼ਾਨ ਸਾਹਿਬ ਲਾਏ ਹਾਂ ਆਪਾਂ, ਠੀਕ ਆ ਬਾਈ, ਫੜੀ ਹੋਈ ਨੂੰ ਫੜੀ, ਆਲਾ ਨਿਸ਼ਾਨ ਸਿੱਧਾ ਫੜ, ਸਿੱਧਾ ਵਿੱਚ ਕਰੀਏ ਫੜ, ਆਲਾ ਨਿਸ਼ਾਨ ਸਾਹਿਬ ਆ, ਠੀਕ ਆ, 6 ਫੁੱਟ ਨਿਸ਼ਾਨ ਸਾਹਿਬ ਆ, ਨੀਚੇ ਨਾ ਲੱਗੇ, ਠੀਕ ਆ। ਆ ਨਿਸ਼ਾਨ ਸਾਹਿਬ ਆ, ਇਹਨੂੰ ਹੁਣ ਆਪਾਂ ਪਾਉਣਾ ਬਰਸ਼ੇ 'ਚ, ਅਤੇ ਵੇਖਦੇ ਹਾਂ ਫੜੀ ਇਹਨੂੰ ਨੀਚੇ ਨਾ ਲੱਗੇ, ਠੀਕ ਆ। ਚਾਬੀ ਲਿਆ ਆ ਆਪਾਂ, ਜਸਟ ਦੱਸ ਕਿੱਦਾਂ ਲੱਗਣ ਡਿਆ ਜੀ ਨਿਸ਼ਾਨ ਸਾਹਿਬ। ਬੜੀਆ ਯਾਰ, ਬੜੀਆ ਗੱਲ ਹੈ, ਆਪਾਂ ਨੋਰਮਲੀ ਨਿਸ਼ਾਨ ਸਾਹਿਬ ਵੇਖਦੇ ਹਾਂ, ਉਦੋਂ ਕਿੱਥੇ ਹੁੰਦਾ ਉਹ ਪੁੱਠਾ ਹੁੰਦਾ ਆ, ਉਹਦਾ ਨਿਸ਼ਾਨ ਸਾਹਿਬ ਨਾ ਨਿੱਚੋਂ ਉੱਪਰੋਂ ਨੀਚੇ ਹੋਊਗਾ, ਜਿੱਦਾਂ ਤੁਸੀਂ ਦੇਖ ਸਕਦੇ ਹੋ, ਉਹ ਨਿਸ਼ਾਨ ਸਾਹਿਬ ਉੱਪਰੋਂ ਨੀਚੇ ਆਉਂਦਾ ਜੀ, ਪਰ ਜਿਹੜਾ ਪਹਿਲਾਂ ਨਿਸ਼ਾਨ ਸਾਹਿਬ ਸੀਗੇ ਸਾਡੇ ਪੁਰਾਤਨ ਨਿਸ਼ਾਨ ਸਾਹਿਬ ਦੇ, ਉਹ ਨੀਚੇ ਉੱਪਰ ਜਾਂਦੇ ਆ, ਠੀਕ ਆ। ਆਹ ਦੇਖੋ, ਕਿਉਂਕਿ ਜੇ ਆਪਾਂ ਉੱਪਰੋਂ ਨੀਚੇ ਲਾਵਾਂਗੇ ਤਾਂ ਜਿਹੜੀ ਕਿਰਪਾਨ ਆ ਇੱਧਰ ਫੜੀਏ, ਇੱਧਰ ਫੜ ਫੜੀ, ਅਤੇ ਹੁਣ ਦੇਖੋ ਜਿਹੜਾ ਨਿਸ਼ਾਨ ਸਾਹਿਬ ਆ ਇਹਦੇ 'ਚ ਉੱਤੇ ਕਿਰਪਾਨ ਆ,
ਤੇ ਫਿਰ ਢਾਲ ਆ ਤੇ ਫਿਰ ਕਟਾਰ ਆ ਜੇ ਆਪਾਂ ਉੱਪਰੋਂ ਨੀਚੇ ਲਾਵਾਂਗੇ ਤੇ ਕਿਰਪਾਨ ਨਹੀਂ ਆਣੀ ਉੱਤੇ ਕਿਰਪਾਨ ਨੀਚੇ ਆਊਗੀ ਤੇ ਇਸ ਲਈ ਹਮੇਸ਼ਾ ਨਿਸ਼ਾਨ ਸਾ ਜਦੋਂ ਵੀ ਬਣਦਾ ਸੀਗਾ ਪੁਰਾਤਨ ਉਹ ਨੀਚੇ ਉੱਪਰੋਂ ਜਾਂਦਾ ਆ ਤੇ ਇੱਡੀ ਚੜ੍ਹਦੀ ਕਲਾ ਦਾ ਸਬੂਤ ਵੀ ਹੈ ਤੇ ਹੁਣ ਇਹ ਆਪਾਂ ਸਿੰਪਲ ਪਾਇਆ ਜੀ ਆ ਆਪਾਂ ਪਾਉਣਾ ਬਰਸ਼ੇ 'ਚ ਬਰਸ਼ੇ 'ਚ ਪਾਉਣ ਲਈ ਟਾਈਮ ਲੱਗੂ ਉੱਪਰੋਂ ਖੋਲਣਾ ਪਊਗਾ ਉਹਦੇ ਬਾਅਦ ਆਪਾਂ ਚੀਜ਼ਾਂ ਕਰਾਂਗੇ ਹੁਣ ਆਪਾਂ ਕਰ ਰਹੇ ਹਾਂ ਉਹ ਕਰਦੇ ਆਪਾਂ ਇਹ ਦੱਸਣ ਵਾਸਤੇ ਪਾਇਆ ਸੀ ਆਪਾਂ ਇਹਦੇ 'ਚ ਠੀਕ ਆ ਤੇ ਦੱਸੋ ਕਿੱਦਾਂ ਲੱਗ ਰਿਹਾ ਜੀ ਨਿਸ਼ਾਨ ਸਾਹਿਬ ਆ ਜਾਊਗਾ ਨਗਰ ਕੀਰਤਨ 'ਚ ਸਾਡੇ ਸਾਹਮਣੇ ਸਭ ਤੋਂ ਅੱਗੇ ਆ ਹੋਊਗਾ ਠੀਕ ਆ ਆ ਗੱਲ ਯਾਦ ਰੱਖਣਾ ਸਭ ਤੋਂ ਅੱਗੇ ਨਿਸ਼ਾਨ ਸਾਹਿਬ ਵਾਲਾ ਹੋਊਗਾ ਠੀਕ ਆ ਸਾਡੇ ਅਖਾੜੇ ਚਲੋ ਫਤਿਹ ਕੋਲੋਂ ਭਾਈ ਜੀ ਖਾਲਸਾ ਜੀ ਫਤਿਹ ਅੱਜ ਦੀ ਵਲੌਗ ਕਰਦੇ ਆ ਸਮਾਪਤ ਜੇ ਪਸੰਦ ਆਇਆ ਹੋਵੇ ਲਾਈਕ ਕਰ ਦਿਓ ਹਰਿਆਣਾ ਵਾਲਾ ਵੀ ਹਰਿਆਣਾ 'ਚ ਗਏ ਸੀ ਜਿਹੜੇ ਆਪਾਂ ਠੀਕ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।